ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਹੁਣ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਜਿਨ੍ਹਾਂ ਨੇ ਥੋੜੇ ਸਮੇਂ ਵਾਲੀਆਂ ਕਿਸਮਾਂ ਗੇਤੀਆਂ ਲੰਨੀਆਂ ਸੀ ਉਹਨਾਂ ਦੇ ਝੋਨੇ ਦਾ ਕਿਤੇ ਕਿਤੇ ਨਸਾਰਾ ਚੱਲ ਰਿਹਾ ਸੀ ਜਾਂ ਨਸਾਰਾ ਹੋ ਚੁੱਕਿਆ ਸੀ ਪਿਛਲੇ ਦਿਨਾਂ ਦੇ ਵਿੱਚ ਮੀਂਹ ਚੱਲ ਰਿਹਾ ਸੀ بارش ਚੱਲ ਰਹੀ ਸੀ ਉਹਦੇ ਨਾਲ ਕਿਤੇ ਕਿਤੇ ਆਪਾਂ ਕਹიდੀਏ ਕਿ ਜਿਹੜਾ ਬੂਰ ਆ ਉਹ ਪ੍ਰਭਾਵਿਤ ਹੋਇਆ ਤਾਂ ਜਦੋਂ ਤੁਹਾਡਾ ਬੂਰ ਕਿਰ ਗਿਆ ਥੱਲੇ ਛਾਰਾਂ ਤੋਂ ਵੱਡੀ ਪਰੇਸ਼ਾਨੀ ਹੁਣ ਕਿਸਾਨ ਭਰਾਵ ਨੂੰ ਐਸ ਦੀ ਆ ਰਹੀ ਹੈ ਵੀਡੀਓ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਕਿ ਬੂਰ ਕਿਰ ਗਿਆ ਕੀ ਤੁਹਾਡਾ ਝਾੜ ਕਟੂਗਾ ਜੇ ਕਟੂਗਾ ਤਾਂ ਕਿੰਨਾ ਕੁ ਕਟੂਗਾ ਸੋ ਕਿਸਾਨ ਪ੍ਰਭੂ ਸਭ ਤੋਂ ਪਹਿਲਾਂ ਤਾਂ ਜੋ ਵੀ ਵੈਗਰੂ ਨੇ ਕਰਨਾ ਕਰਾਉਣਾ ਹੁੰਦਾ ਜਿੰਨਾ ਕ ਆਪਾਂ ਤੋਂ ਖੋਣਾ ਜਾਂ ਦੇਣਾ ਉਹਨਾਂ ਦਾ ਨਿਸ਼ਚਿਤ ਹੁੰਦਾ ਆਪਾਂ ਨੇ ਮਿਹਨਤ ਨਹੀਂ ਛੱਡਣੀ ਹੁੰਦੀ ਕਦੇ ਵੀ ਇਹ ਵੀ ਨਹੀਂ ਹੈਗਾ ਕਿ ਆਪਾਂ ਇਕੱਲੇ ਹੀ ਵੈਗਰੂ ਤੇ ਛੱਡ ਕੇ ਕਿ ਜਿੰਨਾ ਦੇਣਾ ਦੇ ਦੂ ਆਪਾਂ ਤੇ ਅਸਰ ਕੇ ਬੈਜੀ ਕਿਉਂਕਿ ਨਾਲ ਦੀ ਨਾਲ ਇਹ ਵੀ ਹੁੰਦਾ ਕਿ ਜੇਕਰ ਤੁਸੀਂ ਕੁਸ਼ਕ ਮਿਹਨਤ ਕਰੋਗੇ ਤਾਂ ਤੁਹਾਨੂੰ ਵੱਧ ਜਾਂ ਘੱਟ ਵੀ ਮਿਲ ਸਕਦਾ ਸੋ ਮਿਹਨਤ ਕਰਨ ਵਾਲੇ ਹੱਥਾਂ ਨੇ ਮਿਹਨਤ ਕਰਦੇ ਰਹਿਣਾ ਕਿਉਂਕਿ ਕੋਈ ਵੀ ਪਸ਼ੂ ਪੰक्षी ਜਾਂ ਕੁਛ ਵੀ ਆ ਉਹਨੂੰ ਕਦੇ ਵੀ ਬੈਠੇ ਬਿਠਾਏ ਨੂੰ ਉਹਦੇ ਮੂੰਹ ਦੇ ਵਿੱਚ ਰੋਟੀ ਨਹੀਂ ਪੈਂਦੀ ਸੋ ਇਹ ਤਾਂ ਹੋ ਗਈ ਕੁਦਰਤੀ ਮਾਰ ਦੀ ਗੱਲ ਕਿਉਂਕਿ ਜੇਕਰ ਤੁਹਾਡੇ ਫਸਲ ਹੋ ਗਈ ਕਿਸੇ ਪਾਸੇ ਪ੍ਰਮਾਤਮਾ ਵੱਲੋਂ ਜਾਂ ਤੁਹਾਡੇ ਹੱਥ ਦੇ ਵਿੱਚ ਕੋਈ ਦੋ ਪੈਸੇ ਨਹੀਂ ਆਉਣੇ ਤਾਂ ਉਹ ਤੁਹਾਡੇ ਕਿਸੇ ਨਾ ਕਿਸੇ ਪਾਸੇ ਤੁਹਾਡੇ ਲੱਗ ਹੀ ਜਾਣਗੇ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਪਰ ਫਿਰ ਵੀ ਹੌਸਲਾ ਤੇ ਵਿਸ਼ਵਾਸ ਸਭ ਤੋਂ ਵੱਡੇ ਹਥਿਆਰ ਨੇ ਜੋ ਵੀ ਇਨਸਾਨ ਜਾਂ ਜਾਨਵਰ ਉਹ ਧਰਤੀ ਤੇ ਆਇਆ ਸੋ ਚਲੋ ਗੱਲ ਕਰਦੇ ਹਾਂ ਹੁਣ ਬੂਰ ਦੀ ਕਿਸਾਨ ਭਰਾਵੋ ਕਿਉਂਕਿ ਆਪਾਂ ਕੁਦਰਤੀ ਆਫਤਾਂ ਨੂੰ ਕਦੇ ਵੀ ਨਹੀਂ ਰੋਕ ਸਕਦੇ ਇਹ ਪਹਿਲਾਂ ਵੀ ਨੁਕਸਾਨ ਹੁੰਦੇ ਰਹੇ ਨੇ ਹੁਣ ਵੀ ਹੋ ਰਹੇ ਨੇ ਤੇ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਵੀ ਇਹ ਕੰਮ ਕਰਨੀਆਂ ਆ ਖੁੱਲੀ ਖੇਤੀ ਤਾਂ ਉਹਦੇ ਵਿੱਚ ਨੁਕਸਾਨ ਹੁੰਦੀ ਰਹਿਣਗੇ ਹੋ ਸਕਦਾ ਇਹਦੂੰ ਬੱਧ ਜ਼ਿਆਦਾ ਨੁਕਸਾਨ ਹੋਣੇ ਸ਼ੁਰੂ ਹੋ ਜਾਣ ਸੋ ਇਹ ਕੋਈ ਬੜੀ ਵੱਡੀ ਆਪਾਂ ਕਹਦੀਏ ਗੱਲ ਨਹੀਂ ਹੁੰਦੀ ਪਰ ਫੇਰ ਵੀ ਆਪਾਂ ਇਹ ਚੀਜ਼ ਨੂੰ ਸਮਝ ਜ਼ਰੂਰ ਸਕਦੇ ਆ ਜੇਕਰ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਲਿਆ ਤਾਂ ਸ਼ਾਇਦ ਆਪਣਾ ਜਿਹੜਾ ਪਰੇਸ਼ਾਨ ਹੋਣ ਦੀ ਦੁਖੀ ਹੋਣ ਦੀ ਜਿਹੜੀ ਆਪਾਂ ਕਹਦੀਏ ਇੱਕ ਰੇਸੋ ਆ ਉਹ ਘਟ ਜ਼ਰੂਰ ਸਕਦੀ ਆ ਕਿਉਂਕਿ ਕਿਤੇ ਕਿਤੇ ਆਪਾਂ ਬਾਦੂ ਚੀ ਦੁਖੀ ਹੋਈ ਜਾਂਦੇ ਹੁੰਨੇ ਆ ਕਿ ਯਾਰ ਇਹ ਤਾਂ ਬੜਾ ਨੁਕਸਾਨ ਹੋ ਗਿਆ ਥੱਲੇ ਪੈਰਾਂ ਦੇ ਵਿੱਚ ਬੂਰ ਪੈ ਨੂੰ ਦੇਖ ਕੇ ਜਦੋਂ ਕਿ ਬੂਰ ਨੇ ਝੜਨਾ ਹੀ ਹੁੰਦਾ ਹੁਣ ਆਪਾਂ ਝੋਨੇ ਦੀ ਫਸਲ ਤੇ ਲਾਈਏ ਕਿਸਾਨ ਪ੍ਰਭੂ ਮੀਂਹ ਜਿਹੜੀ ਹੁਣ ਚੱਲ ਰਿਹਾ ਜਿਹੜਾ ਸੀਜ਼ਨ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਝੋਨੇ ਨਿਸਰੇ ਸੀ ਉਹਨਾਂ ਦੇ ਉੱਤੇ ਹਵਾ ਲੱਗੀ ਉਹਨਾਂ ਨੂੰ ਉਹਨਾਂ ਨੂੰ ਮੀਂਹ ਦੇ ਨਾਲ ਉਹਨਾਂ ਦਾ ਬੂਰ ਆਪਾਂ ਬਹੁਤ ਸਾਰੇ ਕਿਸਾਨਾਂ ਦਾ ਮੰਨਣਾ ਕਿ ਝੜਿਆ ਪਰ ਇੱਕ ਗੱਲ ਇੱਥੇ ਧਿਆਨ ਦੇਣ ਜਿਉਗਾ ਕਿਸਾਨ ਪ੍ਰਭੂ ਜਦੋਂ ਵੀ ਕਿਤੇ ਮੀਂਹ ਪੈਣਾ ਬਾਰਸ਼ ਹੋਣੀ ਆ ਉਸ ਤੋਂ ਪਹਿਲਾਂ ਜਿਹੜੇ ਸਪੈਕੂਲੇਟ ਖੋਲਦੇ ਨੇ ਜਿਹੜੇ ਟਾਈਮ ਤੇ ਖੋਲਣਾ ਉਹ ਖੁੱਲਦੇ ਹੀ ਨਹੀਂ ਕਹਿੰਦਾ ਭਾਬ ਜਿਹੜਾ ਆਪਣੀ ਪ੍ਰਕਿਰਿਆ ਆਪਣੀ ਫਸਲ ਉਦੋਂ ਇਸ ਪ੍ਰਕਿਰਿਆ ਨੂੰ ਪੈਂਡਿੰਗ ਪਾ ਦਿੰਦੀ ਹੈ ਅਗਲੇ ਦਿਨਾਂ ਤੇ ਲੈ ਜਾਂਦੀ ਹੈ ਸੋ ਇਸੇ ਕਰਕੇ ਜੇ ਆਪਾਂ ਸੋਚੀਏ ਕਿ ਆਪਣਾ ਨੁਕਸਾਨ ਹੋ ਗਿਆ ਹੋਊ ਯਾਰ ਆਪਣਾ ਬੂੜ ਤੇ ਪੈ ਰਿਆ ਸੀ ਤੇ ਉੱਪਰ ਜਾ ਕੇ ਬਾਰਸ਼ ਹੋਊਗੀ ਤੇ ਉਹ ਝੜ ਗਿਆ ਤੇ ਹੁਣ ਦਾਣੇ ਨਹੀਂ ਬਣਨੇ ਹੋਕ ਹੀ ਬਣ ਜੂਗੀ ਇਸ ਤਰ੍ਹਾਂ ਨਹੀਂ ਹੁੰਦਾ ਕਿਸਾਨ ਭਰਾਓ ਇਹ ਆਪਾਂ ਗਲਤ ਸੋਚਣੀ ਆਪਣੀ ਪਰ ਹਾਂ ਬੂਰ ਬੰਦਦਾ ਜ਼ਰੂਰ ਬੂਰ ਉਸ ਟਾਈਮ ਤੇ ਬੰਦਦਾ ਕਿਸਾਨ ਭਰਾਓ ਜਦੋਂ ਫਸਲ ਫਲਾਵਰਿੰਗ ਸਟੇਜ ਤੇ ਹੁੰਦੀ ਹੈ ਆਪਾਂ ਜਾਂ ਤਾਂ ਪਹਿਲਾਂ ਡਿਲੇ ਕੀਤੀ ਗਈ ਕੋਈ ਵੀ ਸਕਰੇਜ ਜਾਂ ਮਜਬੂਰੀ ਵਸ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਆ ਗਈ ਆਪਾਂ ਲੈ ਕੇ ਕੋਈ ਵੀ ਸੜਕਿਆ ਵਾਲੀ ਗੱਨ ਲੈ ਕੇ ਖੇਤ ਦੇ ਵਿੱਚ ਵਰਦਦੇ ਆ ਉਦੋਂ ਫਸਲ ਨੂੰ ਪਤਾ ਨਹੀਂ ਹੁੰਦਾ ਕਿ ਮੇਰਾ ਜਿਹੜਾ ਜ਼ਿਮੀਂਦਾਰ ਮੇਰਾ ਮਾਲਕਾ ਜਾਂ ਮੇਰਾ ਕੰਮ ਕਰਨ ਵਾਲਾ ਬੰਦਾ ਉਹ ਮੇਰੇ ਉੱਤੇ ਆ ਕੇ ਅਟੈਕ ਕਰ ਰਿਹਾ ਉਸ ਟਾਈਮ ਤੇ ਜ਼ਰੂਰ ਬੂਰ ਵੀ ਫੈਕਟ ਹੁੰਦਾ ਤੇ ਆਪਾਂ ਕਹਿ ਦਈਏ ਕਿ ਆਪਾਂ ਉਹਨੂੰ ਫੋਕ ਬਣਾਉਣ ਵੱਲ ਵੀ ਲੈ ਜਾਂਦੇ ਆ। ਸੋ ਉਹਨਾਂ ਚੀਜ਼ਾਂ ਤੋਂ ਬਚੀਏ। ਉਹਦਾ ਟਾਈਮ ਟਾਲ ਕੇ ਆਪਾਂ ਛੜਕਿਆ ਕਰੀਏ। ਅਗਲੇ ਦਿਨਾਂ ਦੇ ਵਿੱਚ ਬੂਰ ਦੀ ਜਿਹੜੀ ਗੱਲਬਾਤ ਹੋਊਗੀ ਉਹ ਕਿਸਾਨਪ੍ਰਭ ਇਸ ਚੀਜ਼ ਦੇ ਵਿੱਚ ਪਰੇਸ਼ਾਨ ਨਾ ਹੋਇਓ ਵੀ ਬੂਰ ਛੜ ਗਿਆ। ਹੁਣ ਇੱਥੇ ਬਹੁਤ ਸਾਰੇ ਵੀਰ ਕਹਿਣਗੇ ਕਿ ਯਾਰ ਫਿਰ ਫੋਕ ਜੀ ਕਿਵੇਂ ਬਣ ਜਾਂਦੀ ਹੈ। ਸੋ ਕਿਸਾਨਪ੍ਰਭ ਉਹ ਗੱਲ ਕੀ ਹੁੰਦੀ ਹੈ ਇੱਕ ਤਾਂ ਇਹਨਾਂ ਦਿਨਾਂ ਦੇ ਵਿੱਚ ਫੋਕ ਜਿਹੜੀ ਬਣਨੀ ਆ ਦੇਖੋ 100% ਕਦੇ ਵੀ ਨਹੀਂ ਪੱਕਦੀ ਆਪਣੀ ਫਸਲ ਦੇ ਉੱਤੇ ਜਿੰਨਾ ਕੋਈ ਵੀ ਫਰੂਟ ਜਿਹੜਾ ਜਆ ਜਆ ਫੱਕੀ ਦੀ ਫਸਲ ਆ 100% ਫਾਲੋ ਦੇ ਵਿੱਚੋਂ ਕਦੇ ਵੀ ਨਹੀਂ ਪੱਕਦਾ ਹੁੰਦਾ ਬੂਟਾ ਉਹਨਾਂ ਕ ਫਲ ਪਕਾਉਂਦਾ ਹੁੰਦਾ ਵੱਧ ਘਟ ਝਾੜ ਨਿਕਲਣ ਦਾ ਕਾਰਨ ਜਿੰਨਾ ਕ ਬੂਟਾ ਸਹਾਰ ਸਕਦਾ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਕਾਫੀ ਸ਼ਾਰੇ ਦੇ ਬਾਰੇ ਆਪਾਂ ਕਹਦੀਏ ਚੰਗੇ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਸੋ ਚਲੋ ਹੁਣ ਇਹਦੇ ਨਾਲ ਕੀ ਹੁੰਦਾ ਨਾ ਨੁਕਸਾਨ ਕਿੱਥੇ ਹੁੰਦਾ ਮੀਂਹ ਕਣੀ ਦਾ ਨੁਕਸਾਨ ਜ਼ਰੂਰ ਹੁੰਦਾ ਜਦੋਂ ਕਿਤੇ ਆਪਾਂ ਕਹਦੀਏ ਇਹੋ ਜਿਹਾ ਮੌਸਮ ਇਹੋ ਜਿਹੇ ਟਾਈਮ ਤੇ ਹੋ ਜਾਂਦਾ ਉਦੋਂ ਹੁੰਦਾ ਜਦੋਂ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਜ਼ਿਆਦਾ ਨਜਾਇਜ਼ ਹਨੇਰੀ ਚੱਲੀ ਉਦੋਂ ਕੀ ਹੁੰਦਾ ਨਾ ਜਿਹੜੇ ਦਾਣੇ ਤਾਂ ਮੁੜ ਗਏ ਉਹਨਾਂ ਨੂੰ ਤਾਂ ਕੁਛ ਨਹੀਂ ਹੁੰਦਾ ਜਿਹੜੇ ਦਾਣੇ ਅਜੇ ਮੁੜੇ ਹੈ ਨਹੀਂ ਉਹਨਾਂ ਦੇ ਸਪੈਕੂਲੇਟ ਖੁੱਲ ਕੇ ਉਹਨਾਂ ਦੀ ਆਪਾਂ ਕਹਿੰਦੇ ਆ ਪਰਪਰਾਗਨ ਹੋ ਗਿਆ ਪਰ ਉਹਨਾਂ ਨੇ ਅਜੇ ਤੱਕ ਮੁੰਜਰ ਨਹੀਂ ਮੋੜੀ ਜ ਆਪਾਂ ਕਹਿੰਦੇ ਬਿਲਕੁਲੀ ਨਰਮ ਨੇ ਅਜੇ ਜਿਹਨੂੰ ਆਪਾਂ ਮਿਲਕ ਸਟੇਜ ਕਹਿੰਦੇ ਨੇ ਜਿਹਨੂੰ ਕਿ ਉਹਦੇ ਵਿੱਚੋਂ ਆਪਾਂ ਕਹਿੰਦੇ ਜਦੋਂ ਮਸਲਦੇ ਆ ਮਲਾਈ ਜੀ ਨਿਕਲਦੀ ਆ ਜਦੋਂ ਉਸ ਸਟੇਜ ਤੇ ਦਾਣਾਗਾ ਤਾਂ ਲਗਭਗ ਉਹ ਸਟੇਜ ਜਦੋਂ ਸ਼ੁਰੂਆਤ ਹੁੰਦੀ ਹੈ ਜਦੋਂ ਖਤਮ ਹੋਣ ਤੇ ਹੁੰਦੀ ਹੈ ਉਦੋਂ ਇਹ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ ਜਿਹੜੀ ਉਸ ਸਟੇਜ ਦੇ ਉੱਤੇ ਫਸਲ ਜਿੰਨੇ ਕੁ ਵੀ ਆਪਣੀਆਂ ਮੁੰਜਰਾ ਹੋਣਗੇ ਕਿਉਂਕਿ ਕਦੇ ਵੀ ਸਾਰੀਆਂ ਮੁੰਜਰਾ ਇੱਕਦਮ ਇੱਕੋ ਸਟੇਜ ਤੇ ਨਹੀਂ ਹੁੰਦੀਆਂ ਇਸੇ ਕਰਕੇ ਕੁਸਕ ਮੁੰਜਰਾ ਖਰਾਬ ਹੋ ਜਾਣਗੇ ਕੁਸਕ ਦਾਣੇ ਖਰਾਬ ਹੋ ਜਾਣਗੇ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿਤੇ ਕਿਤੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਕਿ ਕਿਤੇ ਕਿਤੇ ਦਾਣੇ ਖਰਾਬ ਨੇ ਕੋਈ ਦਾਣਾ ਨਹੀਂ ਖਰਾਬ ਸੋ ਇਸੇ ਕਰਕੇ ਹੁੰਦਿਆ ਇਹ ਕਿਉਂਕਿ ਕੋਈ ਸਟੇਜ ਤੇ ਨਹੀਂ ਹੁੰਦੇ ਕੋਈ ਪੱਕ ਚੁੱਕਿਆ ਹੁੰਦਾ ਕਿਸੇ ਕਿਸੇ ਦਾ ਅਜੇ ਤੱਕ ਬੂਰ ਪੈ ਹੀ ਨਹੀਂ ਹੁੰਦਾ ਸੋ ਜਿਹੜੇ ਉਸ ਸਟੇਜ ਤੇ ਹੁੰਦੇ ਆ ਹਵਾ ਚੱਲ ਗਈ ਉਦੋਂ ਸਕ੍ਰੈਚ ਜਰੂਰ ਆ ਜਾਂਦੇ ਕਿਸਾਨ ਪ੍ਰਭੂ ਕਿਤੇ ਨਾ ਕਿਤੇ ਉਹ ਉਹਨਾਂ ਦਾ ਜਿਹੜਾ ਉਤਲਾ ਸਿਲਕਾ ਉਹ ਖਰਾਬੇ ਚ ਆ ਜਾਂਦਾ ਤੇ ਪਰ ਚੌਲ ਕਿਸੇ ਕਿਤੇ ਵੀ ਭਖਤ ਨਹੀਂ ਹੁੰਦਾ ਜੋ ਕਿ ਆਪਣਾ ਵੇਟ ਆ ਜਿਹੜਾ ਉਹ ਪੂਰਾ ਕਰਕੇ ਜਾਂਦਾ ਸੋ ਇਹ ਹੋ ਗਈ ਡਿਸਕਲਰ ਹੋਣ ਦੀ ਜਿਹਨੂੰ ਆਪਾਂ ਡਿਸਕਲਰ ਕਹਿੰਦੇ ਆ ਜਾਂ ਰੰਗ ਖਰਾਬ ਕਰ ਲੈਣਾ ਉਹਦੇ ਤੇ ਜਾਂ ਦਾਣੇ ਦਾਗੀ ਹੋ ਜਾਣੇ ਆਪਾਂ ਗੱਲ ਕਰਦੇ ਹੁੰਨੇ ਅਗਲੀ ਗੱਲ ਕਿਸਾਨ ਭਰਾਵੋ ਹੁਣ ਆਉਣ ਵਾਲੇ ਦਿਨਾਂ 'ਚ ਇੱਕ ਨਾ ਹੋਰ ਚੀਜ਼ ਆਊਗੀ ਤੁਹਾਡੇ ਖੇਤਾਂ ਦੇ ਵਿੱਚ ਜਿਹੜੇ ਝੋਨੇ ਪਿਛਲੇ ਦਿਨਾਂ ਦੇ ਵਿੱਚ ਨਸਾਰਾ ਲੈਣ ਨੂੰ ਬਿਲਕੁਲ ਰੈਡੀ ਸੀ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਕਿ ਮੁੰਜਰ ਸੀ ਉਹਦੀ ਕਿ ਯਾਰ ਮੁੰਜਰ ਬਸ ਬਾਹਰ ਹੀ ਆਉਣ ਵਾਲੀ ਸੀ ਮਾੜਾ ਮੋਟਾ ਮੂੰਹ ਖੁੱਲਿਆ ਸੀਗਾ ਉਹਦੇ ਆਸੇ ਪਾਸੇ ਵਾਲੇ ਜਿਹੜੇ ਪੱਤੇ ਦਾ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਪਾਣੀ ਐਂਟਰ ਹੋਇਆ ਉਸ ਤੋਂ ਦੂਜੇ ਦਿਨ ਜਾਂ ਤੀਜੇ ਦਿਨ ਮੁੰਜਰ ਬਾਹਰ ਆਈ ਆ ਤਾਂ ਉੱਥੇ ਕਿਤੇ ਨਾ ਕਿਤੇ 2-4 ਦਾਣੇ ਜਾਂ ਆਪਾਂ ਕਹਿੰਦੇ ਆ ਮੁੰਜਰ ਦੀ ਮੁੰਜਰ ਕਈ ਵਾਰੀ ਉਹ ਤੁਹਾਨੂੰ ਕਾਲੀ ਦਿਖਾਈ ਦੇ ਸਕਦੀ ਆ ਡਿਸ ਕਲਰ ਬਦ ਰੰਗ ਦਿਖਾਈ ਦੇ ਸਕਦੀ ਆ ਉਹਦੇ ਵਿੱਚ ਦਾਣੇ ਮਰੇ ਵੀ ਦਿਖਾਈ ਦੇ ਸਕਦੇ ਆ ਪਰ ਉਹ ਬਹੁਤ ਘੱਟ ਆਪਾਂ ਕਹਿੰਦੇ ਆ ਹੋ ਕਿਉਂਕਿ ਹਰ ਇੱਕ ਮੁੰਜਰ ਵੀ ਉਸ ਸਟੇਜ ਤੇ ਨਹੀਂ ਹੁੰਦੀ ਸੋ ਕਿਤੇ ਨਾ ਕਿਤੇ ਇਹ ਵੀਡੀਓ ਤੁਹਾਡੀ ਮਦਦ ਕਰੂਗੀ ਤੁਹਾਨੂੰ ਮਾਰਕੀਟ ਵੱਲ ਜਾਣ ਤੋਂ ਉਹ ਚੀਜ਼ ਦੇਖ ਕੇ ਰੋਕਣ ਚ ਕਿਉਂਕਿ ਤੁਸੀਂ ਜੇਕਰ ਉਸ ਤਰੀਕੇ ਦੀ ਮੁੰਜਰ ਦੇਖਦੇ ਹੋ ਮਾਰਕੀਟ ਵੱਲ ਬਿਲਕੁਲ ਨਾ ਜਾਇਓ ਕਿਉਂਕਿ ਮਾਰਕੀਟ ਜਾਓਗੇ ਉੱਥੇ ਕੋਈ ਨਾ ਕੋਈ ਛੜਕਿਆ ਦਿੱਤਾ ਜਾਊਗਾ ਤੁਹਾਨੂੰ ਕਿ ਯਾਰ ਆਹ ਕਰ ਦੋ ਤੁਹਾਡੇ ਦਾਣੇ ਸਾਫ ਹੋ ਜਾਣਗੇ ਅਜੇ ਤੱਕ ਮਾਰਕੀਟ ਦੇ ਵਿੱਚ ਕੋਈ ਵੀ ਸਾਡੀ ਜਾਣਕਾਰੀ ਦੇ ਵਿੱਚ ਅਜਿਹਾ ਟੈਕਨੀਕਲ ਨਹੀਂ ਬਣਿਆ ਜਿਹੜਾ ਤੁਹਾਡੇ ਕਾਲੇ ਹੋਏ ਦਾਣਿਆਂ ਤੇ ਪਾਲਿਸ਼ ਕਰਕੇ ਉਹਨੂੰ ਸੁਨਹਿਰੀ ਬਣਾ ਦੇ ਜੇਕਰ ਕਿਸੇ ਦੇ ਕੋਲੇ ਵੀ ਇਹ ਟੈਕਨੀਕ ਹੈਗੀ ਆ ਇਹ ਹੈ ਟੈਕਨੀਕਲ ਦਾ ਪਤਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰਿਓ ਆਪਾਂ ਉਹਨੂੰ ਵਰਤ ਕੇ ਉਹਦਾ ਲਾਈਵ ਟੈਸਟ ਕਰਕੇ ਆਪਣੇ ਚੈਨਲ ਦੇ ਉੱਤੇ ਪਾਵਾਂਗੇ ਕਿਉਂਕਿ ਬਹੁਤ ਸਾਰੀ ਵੀਰ ਕਹਿੰਦੇ ਨੇ ਨਾ ਕਿ ਜੇਰ ਤੁਹਾਡੇ ਦਾਣੇ ਡਿਸਕਲਰ ਨਹੀਂ ਹੋਣਗੇ ਤੁਸੀਂ ਆਹ ਕੰਮ ਕਰ ਲਓ ਬਿਲਕੁਲ ਵੀ ਕਦੇ ਵੀ ਨਹੀਂ ਇਦਾਂ ਦਾ ਹੁੰਦਾ ਜੇਕਰ ਹੈਗਾ ਤਾਂ ਆਪਣਾ ਚੈਲੰਜ ਆ ਕਿ ਤੁਸੀਂ ਆਪਾਂ ਜਿਹੜੀਆਂ ਮੁੰਜਰਾਂ ਖਰਾਬ ਹੁੰਦੀਆਂ ਨੇ ਕਈ ਵਾਰੀ ਮੌਸਮ ਖਰਾਬ ਦੇ ਵਿੱਚ ਜਾਂ ਦਾਣੇ ਡਿਸਕਲਰ ਆਪਣੇ ਹਿੱਤ ਵੀ ਨੇ ਕਿਤੇ ਨਾ ਕਿਤੇ ਤਾਂ ਆਪਾਂ ਜਰੂਰ ਤੁਹਾਡਾ ਉਦੋਂ ਬਾਅਦ ਫਰੀ ਆਫ ਕੋਸਟ ਪ੍ਰਚਾਰ ਕਰਾਂਗੇ ਉਸ ਟੈਕਨੀਕਲ ਦਾ ਜੇਕਰ ਕੋਈ ਕੰਪਨੀ ਦਾ ਵੀਰ ਜਾਂ ਕੋਈ ਡਿਸਟ੍ਰੀਬਿਊਟਰ ਜਿਹਦੇ ਕੋਲ ਇਹ ਪ੍ਰੋਡਕਟ ਹੈਗਾ ਸੁਣਦਾ ਦਾ ਸੋ ਕਿਸਾਨ ਭਰਾਵੋ ਥੋੜਾ ਸਾਵਧਾਨੀ ਵਰਤੀਏ ਤੇ ਆਪਾਂ ਉਹੀ ਨਾ ਪਸਤਾਈ ਜਾਈਏ ਕਿ ਯਾਰ ਸਾਡਾ ਬੂੜ ਛੜ ਗਿਆ ਸੋ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਆਈਏ ਤੇ ਪਸਤਾਵਾ ਛੱਡ ਕੇ ਸਮਝਦਾਰੀ ਤੋਂ ਕੰਮ ਲਈਏ ਕਿਉਂਕਿ ਪਸਤਾਵਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ